गेट हकीमा जिला अमृतसर दे वसनीक इशू अरोड़ा ने क्रिकेट मैच दे सट्टेबाजी च 15 रुपए ना दिते जान कारण ਅਤੇ ਦੋਸ਼ੀਆਂ ਵੱਲੋਂ ਪ੍ਰਤੀ ਦਿਨ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਤੰਗ ਆ ਕੇ ਤੇਜ਼ਾਬ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਦਕਿ ਥਾਣਾ ਡੀ ਡਿਵੀਜ਼ਨ ਅੰਮ੍ਰਿਤਸਰ ਦੀ ਪੁਲਿਸ ਵੱਲੋਂ 25 ਮਾਰਚ 2020 ਨੂੰ ਦੋਸ਼ੀ ਵਿਪਨ ਕੁਮਾਰ ਸੁਨੀਲ ਕੁਮਾਰ ਉਰਫ ਕਾਕਾ ਅਤੇ ਅੰਗੂਰ ਵਾਸੀਆਂ ਅੰਮ੍ਰਿਤਸਰ ਦੇ ਖਿਲਾਫ ਧਾਰਾ 306 IPC ਤਹਿਤ ਮਾਮਲਾ ਤਾਂ ਦਰਜ ਕਰ ਲਿਆ ਪਰ 3 ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਹੈ ਜਦਕਿ ਪੀੜਤ ਪਰਿਵਾਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਤਿੰਨੇ ਦੋਸ਼ੀ ਸ਼ਰੇਆਮ ਬਾਜ਼ਾਰ ਵਿੱਚ ਘੁੰਮ ਰਹੇ ਹਨ ਅਤੇ ਉਹਨਾਂ ਨੂੰ ਜਾਨੋਂ ਮਾਰਨ ਤੇ ਰਾਜ਼ੀਨਾਮਾ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਪਰ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ। ਮੇਰੇ ਹਸਬੈਂਡ ਬੜੇ ਦਿਨਾਂ ਤੋਂ 3-4 ਮਹੀਨਿਆਂ ਤੋਂ ਪਰੇਸ਼ਾਨ ਰਹਿੰਦੇ ਹੁੰਦੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਣਾ ਚੁੱਪ ਰਹਿਣਾ ਕੋਈ ਗੱਲ ਨਹੀਂ ਕਰਨੀ ਫਿਰ ਇੱਕ ਦਿਨ ਆਪੇ ਹੀ ਥੋੜ੍ਹੇ ਦਿਨਾਂ ਬਾਅਦ ਸਾਡੇ ਕੋਲ ਇਹਨਾਂ ਨੇ ਕਿਤੇ ਕੋਈ ਮੈਚ ਦੇ ਸੱਟੇ ਸੁੱਟੇ ਲਾਏ ਹੋਣਗੇ ਦੁਕਾਨ ਤੇ ਬਹਿ ਕੇ ਕੋਈ ਆਉਂਦੇ ਹੁੰਦੇ ਇਹਦੇ ਦੁਕਾਨ ਤੇ ਬਹਿੰਦੇ ਇਹਨਾਂ ਕੋਲ ਧੋਖੇਬਾਜ਼ ਜਿਵੇਂ ਸੱਟੇ ਲੰਬੇ ਹੁੰਦੇ ਸੀ ਇਹ 3 ਜਣੇ 4 ਜਣੇ ਬੈਠਦੇ ਹੁੰਦੇ ਸੀ ਇਹਨਾਂ ਨੂੰ ਕਿਤੇ ਲਾਇਲ ਹੋਏ ਇਹ ਕੋਈ ਪੈਸੇ ਹਾਰ ਗਏ ਉਹ ਇਹਨਾਂ ਤੋਂ ਪੈਸੇ ਮੰਗਦੇ ਰਹਿੰਦੇ ਹੁੰਦੇ ਸੀ ਅਤੇ ਇਹ ਕਹਿੰਦੇ ਮੇਰੇ ਕੋਲ ਅਜੇ ਨਹੀਂ ਹੈ ਕਿ ਮੈਂ ਤੁਹਾਨੂੰ ਦੇ ਦਊਂ ਕਹਿਣ ਸਾਨੂੰ ਦਓ ਨਹੀਂ ਤਾਂ ਜਾਨੋਂ ਤੁਹਾਨੂੰ ਮਾਰ ਦਾਂਗੇ ਨਹੀਂ ਤਾਂ ਸਾਨੂੰ ਕੋਈ ਆਪਦੀ ਪ੍ਰਾਪਰਟੀ ਦਿਓ ਇਸੇ ਵਿੱਚ ਇਹਨਾਂ ਇਹ ਦੁਖੀ ਹੋਏ ਰਹਿੰਦੇ ਹੁੰਦੇ ਜਦੋਂ ਵੇਖੋ ਅਤੇ ਇੱਕ ਉਹ ਸਾਡੇ ਘਰ ਆਉਂਦੇ ਹੁੰਦੇ ਸੀ ਸ਼ਰਾਬ ਪੀ ਕੇ ਆਣ ਕੇ ਇਹਨਾਂ ਨੂੰ ਬੋਲ ਬਰਈਆ ਕਰਦੇ ਹੁੰਦੇ ਸੀ ਅਤੇ ਇਹਨਾਂ ਨੂੰ ਮੈਂ ਪੁੱਛਣਾ ਇਹਨਾਂ ਨੂੰ ਚੁੱਪ ਕੁਛ ਨਹੀਂ ਉਹ ਮੈਨੂੰ ਕੁਛ ਕਹਿੰਦੇ ਆ ਤੁਸੀਂ ਚੁੱਪ ਰਿਹਾ ਕਰੋ ਤੂੰ ਨਾ ਬੋਲਿਆ ਕਰ ਵਿੱਚ ਅਤੇ ਮੈਂ ਫਿਰ ਵੀ ਪੁੱਛਣਾ ਇਹ ਪਰੇਸ਼ਾਨ ਰਹਿਣਾ ਅਤੇ ਫਿਰ ਇੱਕ ਦਿਨ ਆਪੇ ਉਹ ਆਏ ਇਹਨਾਂ ਨਾਲ ਕਹਿਣ ਸੈਨ ਕਰੋ ਮੈਂ ਕਿਹਾ ਕਾਹਦੇ ਕਹਿੰਦੇ ਚੁੱਪ ਹੋ ਨਹੀਂ ਤਾਂ ਇਹਨਾਂ ਨੇ ਮੈਨੂੰ ਮਾਰ ਦੇਣਾ ਸਾਰੇ ਪਰਿਵਾਰ ਨੂੰ ਮੈਂ ਡਰਦੀ ਹੀ ਆਪਦੇ ਪਤੀ ਆਪਦੇ ਬੱਚਿਆਂ ਦੀ ਜਾਨ ਬਚਾਉਣ ਦੀ ਮਾਰੀ ਇਹਨਾਂ ਨੂੰ ਕਾਗਜ਼ਾਂ 'ਤੇ ਸੈਨ ਕਰਤੇ ਸਾਡੀ ਦੁਕਾਨ ਦੀ ਉਹ ਇੱਕੋ ਹੀ ਸਾਡੀ ਹੈਗੀ ਸੀ ਰੋਟੀ ਦਾ ਰੋਜ਼ਗਾਰ ਜਿਹੜੀ ਸਾਡੀ ਦੁਕਾਨ ਸੀ ਉਹ ਵੀ ਇਹਨਾਂ ਨੇ ਸਾਡੇ ਧੋਖੇ 'ਚ ਪੈਸੇ ਨਹੀਂ ਦੇਣ ਦੇ ਬਾਵਜੂਦ ਇਹਨਾਂ ਨੇ ਸਾਡੇ ਤੋਂ ਪ੍ਰਾਪਰਟੀ ਸਾਡੀ ਲੈ ਲਈ ਅਤੇ ਸਾਡੇ ਤੋਂ ਸੈਨ ਕਰਵਾ ਕੇ ਲੈ ਗਏ। ਕਿੰਨੇ ਪੈਸੇ ਡਿਮਾਂਡ ਕਰਦੇ ਹੋ? 15-20 ਲੱਖ ਰੁਪਏ ਦੀ ਡਿਮਾਂਡ ਕਰ ਦਿੱਤੀ। ਸਿੱਧੇ ਪੈਸੇ ਸੀ? ਹਾਂਜੀ ਸਾਰੇ ਸੱਟੇ ਦੇ ਪੈਸੇ, ਉਹ ਜੋ ਕੋਈ ਪੈਸਾ ਨਹੀਂ ਨਗਦ ਕੋਈ। ਕਿੰਨਾ ਬੰਦਿਆਂ ਦਾ ਕੀ ਹੋਊ? ਉਹਨਾਂ ਦਾ ਇੱਕ ਤੇ ਅੰਕੁਰ ਕੁਮਾਰ ਢਿੰਗਰਾ, ਵਿਪਨ ਤੇ ਸੁਨੀਲ ਕੁਮਾਰ। ਪੁਲਿਸ ਨੇ ਕੋਈ ਕਾਰਵਾਈ ਨਹੀਂ, ਜਦੋਂ ਅਸੀਂ ਜਾਂਦੇ ਹਾਂ ਉੱਥੇ ਮੇਰੇ ਸਹੁਰਾ ਸਾਹਿਬ ਮੈਂ ਆਪਦੇ ਬੱਚੇ ਲੈ ਕੇ ਜਾਂਦੀ ਹੁੰਦੀ ਸੀ ਉਹ ਇਹੋ ਕਹਿੰਦੇ ਸੀ ਕਰੋਨਾ ਭੈਣ ਜੀ ਜੀ ਕੋਈ ਗੱਲ ਨਹੀਂ 3 ਮਹੀਨੇ ਤੱਕ ਤੁਹਾਡਾ ਕੇਸ ਦਰਜ ਹੋਇਆ ਫੜਾਂਗੇ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ 'ਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਤੁਸੀਂ ਸਾਡੀ ਕਾਰਵਾਈ ਕਰਨ ਪੁਲਿਸ ਕੋਈ ਕਰੇ ਮੇਰੇ ਸਹੁਰਾ ਸਾਹਿਬ ਹਾਈ ਕੋਰਟ ਤੋਂ ਵੀ ਲੈ ਕੇ ਆਇਆ ਪਰ ਅਜੇ ਤੱਕ ਕੋਈ ਹੋਇਆ ਨਹੀਂ ਉਹਨਾਂ ਕਿਸੇ ਨੂੰ ਨਹੀਂ ਫੜਿਆ ਉਹ ਸਾਰੇ ਇੱਦਾਂ ਸ਼ਰਿਆਮ ਤੁਰੇ ਫਿਰਦੇ ਆ ਧਮਕੀਆਂ ਦਿੰਦੇ ਆ ਫਿਰ ਸਾਡੇ ਕੋਲ ਆਉਂਦੇ ਲੰਘਦੇ ਲੋਕਾਂ ਨੂੰ ਇਹੋ ਕਹਿੰਦੇ ਜਾਂ ਸਾਨੂੰ ਫੈਸਲਾ ਕਰੋ ਜਾਂ ਸਾਨੂੰ ਸਾਡੇ ਪੈਸੇ ਦੇ ਦਿਓ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਆ ਉਹਨਾਂ ਨੇ ਇਸੇ ਵਿੱਚ ਰੋਜ਼ ਪਰੇਸ਼ਾਨ ਰਹਿਣ ਕਰਕੇ ਉਹਨਾਂ ਨੇ ਤੇਜ਼ਾਬ ਪੀ ਲਿਆ ਕਹਿੰਦੇ ਮੇਰਾ ਕੁਛ ਨਹੀਂ ਰਹਿ ਗਿਆ ਜਾਂ ਮੈਂ ਮਰਨਾ ਹੀ ਮਰਨਾ ਜਾਂ ਇਹਨਾਂ ਨੇ ਮੈਨੂੰ ਮਾਰਤਾ ਜਾਂ ਮੈਂ ਆਪਣੇ ਆਪ ਮਰਨਾ ਗੱਲਬਾਤ ਹੋਈ ਹੈ ਕਿ ਆਣ ਕੇ ਮੇਰੇ ਭਰਾ ਨੂੰ ਧਮਕੀਆਂ ਦਿੰਦੇ ਹੁੰਦੇ ਸੀਗੇ ਟੈਨਸ਼ਨ ਵਿੱਚ ਰਹਿੰਦੇ ਸੀਗੇ ਇਸੇ ਕਰਕੇ ਉਹਨਾਂ ਨੇ ਆਣ ਕੇ ਕਹਿੰਦੇ ਸੀਗੇ ਸੱਟੇਬਾਜ਼ੀ ਲਾਏ ਤਿੰਨਾਂ ਜਾਣਿਆਂ ਨੇ ਬਿਠਾ ਕੇ ਲਵਾਈ ਜਦੋਂ ਹਾਰ ਗਏ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਸਾਨੂੰ ਪੈਸੇ ਦਿਓ ਨਹੀਂ ਤਾਂ ਸਾਨੂੰ ਆਪਣੀ ਕੋਈ ਪ੍ਰੋਪਰਟੀ ਦਿਓ ਟੈਨਸ਼ਨ ਵਿੱਚ ਆਣ ਕੇ ਉਹਨਾਂ ਨੇ ਕੀ ਕੀਤਾ ਕਿ ਆਪਣੇ ਆਪ ਆਪਣੀ ਆਤਮ ਹੱਤਿਆ ਕਰ ਲਈ ਪੈਸੇ ਮੰਗਦੇ ਹੁੰਦੇ ਸੀ 15 ਲੱਖ ਤਾਂ ਸਾਨੂੰ ਦਿਓ ਅੰਕੁਰ ਢਿੰਗਰਾ ਬਹੁਤ ਚਿਹਰਾ ਤੇ ਕੁਛ ਚਿਹਰੇ ਕਰਦਾ ਸੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਬਸ ਇਹੀ ਲੋਕਡਾਊਨ ਦੇ ਕਰਕੇ ਕਹਿੰਦੇ ਰਹੇ ਕਰ ਲਾਂਗੇ ਅਰੈਸਟ ਕਰ ਲਾਂਗੇ ਬਸ ਸਾਨੂੰ ਲੋਕਡਾਊਨ ਦੇ ਭੁਲੇਖੇ 'ਚ ਰੱਖਿਆ ਪਰ ਇਹਨਾਂ ਨੇ ਕੁਛ ਵੀ ਨਹੀਂ ਕੀਤਾ ਹੁਣ ਮੇਰਾ ਕਿਸੇ ਦੇ ਮਤਲਬ ਕਿ ਦੁਖੀ ਹੋ ਗਏ ਉਹ ਮਤਲਬ ਕਿ ਉਹਨੇ ਆਤਮ ਹੱਤਿਆ ਕਰ ਲਈ ਹੈ ਉਹ ਬਹਿ ਗਏ ਨੇ ਇੱਕ ਅੰਕੁਰ ਢਿੰਗਰਾ ਇੱਕ ਵਿਪਨ ਕੁਮਾਰ ਇੱਕ ਕਾਕਾ ਕਰਕੇ ਸੁਨੀਲ ਕਾਕਾ ਕਰਕੇ ਕਹਿੰਦੇ ਨੇ ਉਹ ਉਹਨਾਂ ਉੱਥੇ ਚੱਕੀ ਦਾ ਕੰਮ ਕਰਦਾ ਸੀ ਉੱਥੇ ਬੈਠਾ ਹੁੰਦਾ ਸੀ ਆ ਕੇ ਉਹਨਾਂ ਨਾਲ ਮਤਲਬ ਕਿ ਗਲਤ ਸੁਸਾਇਟੀ ਦੇ ਬੰਦੇ ਪੈ ਗਏ ਅਤੇ ਉਹਨੂੰ ਜਾ ਨਾਲ ਦੇ ਪੈਸੇ ਪਾ ਕੇ ਕਹਿੰਦੇ ਅਤੇ ਉਹਨਾਂ ਨੇ 15 ਲੱਖ ਰੁਪਈਆ ਉਹਦੇ ਨਾਂ ਪਾ ਕੇ ਅਤੇ ਉਹਨਾਂ ਨੇ ਬਿਆਨਾ ਲਿਖਾ ਲਿਆ ਬਿਆਨਾ ਲਿਖਾਉਣ ਦੇ ਬਾਵਜੂਦ ਉਹਨੂੰ ਮੁੜ ਕੇ ਤੰਗ ਕਰਦੇ ਰਹੇ ਅਤੇ ਉਹਨਾਂ ਆ ਕੇ ਅਤੇ ਪੰਦਰਾਂ ਦੀ ਬੁੜਕੇ ਇਹਦੇ ਕੋਲੋਂ ਸੈਨ ਕਰਾ ਲਏ ਘਰ ਜਾ ਕੇ ਇਹਨੇ ਸੈਨ ਕਰਾ ਲਏ ਅਤੇ ਬਿਆਨਾ ਲਿਖਾ ਕੇ ਅਤੇ ਮੁੜ ਕੇ ਉਹਨੇ ਦੁਖੀ ਹੋ ਗਏ ਅਤੇ ਪੰਜਾਬ ਪੀ ਕੇ ਤਾਂ ਆਤਮ ਹੱਤਿਆ ਕਰ ਲਈ ਇਹਨੇ ਅੰਮ੍ਰਿਤਸਰ ਤੋਂ ਸੁਨੀਲ ਖੌਂਸਲਾ ਦੀ ਰਿਪੋਰਟ।